सॉर्ट आउट हो गया हैगा, एक कमेटी बन गई है और कमेटी जिहड़ा डिसीजन लैके कोई इहो जी प्रॉब्लम। कैप्टन अमरिंदर सिंह ने तो जो करना सी कर लिया जी, आ हुण जिहड़ा 10 दिन लई लेट करवाया सी ਇਹ ਕੈਪਟਨ ਅਮਰਿੰਦਰ ਸਿੰਘ ਹੀ ਜਾ ਕੇ ਬੀਜੇਪੀ ਕੋਲੋਂ ਕਰਵਾ ਕੇ ਆਏ ਆ। ਇਹ ਪਹਿਲਾਂ ਵੀ ਜਿਹੜੀ ਰਾਜਨੀਤੀ ਕਰਦੇ ਰਹੇ, ਅਸੀਂ ਤਾਂ ਮੈਂ ਤਾਂ ਬਹੁਤ 2-2.5 ਸਾਲਾਂ ਦਾ ਕਹਿਣ ਡਿਆ ਆ ਵੀ ਇਹ ਕਾਂਗਰਸ ਦਾ ਚੀਫ ਮਿਨਿਸਟਰ ਨਹੀਂ ਹੈਗਾ, ਇਹ ਬੀਜੇਪੀ ਨਾਲ ਰਲਿਆ ਹੋਇਆ ਔਰ ਥੱਲੇ ਅਕਾਲੀ ਦਲ ਨਾਲ ਰਲੇ ਹੋਏ। ਭਾਜਪਾ 'ਚ ਸ਼ਾਮਿਲ ਨਹੀਂ ਅੱਜ ਹੋਣਗੇ ਸਿਆਣੇ ਬਹੁਤ ਆ, ਉਹ ਆਪਣੀ ਨਵੀਂ ਪਾਰਟੀ ਬਣਾ ਕੇ ਪਿਛਲੇ ਪਾਸਿਓਂ ਭਾਜਪਾ ਦੀ ਸਪੋਰਟ ਲੈਣਗੇ, ਜਿਹੜੀ ਮੈਨੂੰ ਗੱਲ ਸਮਝ ਆਉਂਦੀ ਆ। ਪਰ ਉਹ ਇਹੋ ਜਿਹੀਆਂ ਗਲਤੀਆਂ ਨਾ ਕਰਨ। नमस्कार, तुसी वेख रहे हो जगबाणी टीवी ते मैं हाँ अरुण चोपड़ा। इस वेले दी वड्डी खबर लैके आ रहे हैं जो पंजाब कांग्रेस दे विच कई दिनों तो घमासान चलिया आ रहा है, उस ते खुल के गल करांगे अज सिक्ख्या मंत्री ते खेड मंत्री प्रगट सिंह दे नाल, जो अज शाहकोट विखे 18 करोड़ रुपए की लागत नाल तैयार किया हुआ सरकारी कॉलेज का उद्घाटन करने लई पहुंचे ने। थोड़ी देर तक असीं प्रगट सिंह नाल गल करके जिथे नवजोत सिंह सिद्धू दे राजसी सफर बारे गल करांगे, उत्थे कैप्टन अमरिंदर सिंह दी अगली जो रणनीति बारे भी चर्चा करांगे। तां सिद्धा तुहानूं आओ लै चलदे आ प्रगट सिंह दे नाल, की कह रहे ने प्रगट सिंह पहलां उह सुण लो। ਸਾਡੇ ਨਾਲ ਮੌਜੂਦ ਨੇ ਸਿੱਖਿਆ ਅਤੇ ਖੇਡ ਮੰਤਰੀ ਪ੍ਰਗਟ ਸਿੰਘ। ਮੰਤਰੀ ਸਾਹਿਬ, ਮੈਂ ਤੁਹਾਨੂੰ ਇੱਕ ਸਿੱਧਾ ਸਵਾਲ ਪੁੱਛਣਾ ਚਾਹਾਂਗਾ, ਜੋ ਪੰਜਾਬ ਦੇ ਵਿੱਚ ਸਿਆਸੀ ਘਟਨਾਕ੍ਰਮ ਚੱਲ ਰਿਹਾ, ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਵਾਪਸ ਹੋਏਗਾ ਜਾਂ ਨਹੀਂ? ਸੌਰਟ ਆਊਟ ਹੋ ਗਿਆ ਹੈਗਾ, ਇੱਕ ਕਮੇਟੀ ਬਣ ਗਈ ਆ ਔਰ ਕਮੇਟੀ ਜਿਹੜਾ ਡਿਸੀਜਨ ਲੈ ਕੇ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆ। ਅਤੇ ਕੈਪਟਨ ਅਮਰਿੰਦਰ ਸਿੰਘ ਦੇ ਅਗਲੀ ਭਵਿੱਖ ਦੀ ਰਾਜਨੀਤੀ ਕਿੱਦਾਂ ਦੇਖਦੇ ਹੋ? ਕੈਪਟਨ ਅਮਰਿੰਦਰ ਸਿੰਘ ਨੇ ਤਾਂ ਜੋ ਕਰਨਾ ਸੀ ਕਰ ਲਿਆ ਜੀ, ਆ ਹੁਣ ਜਿਹੜਾ 10 ਦਿਨ ਲਈ ਲੇਟ ਕਰਵਾਇਆ ਸੀ ਇਹ ਕੈਪਟਨ ਅਮਰਿੰਦਰ ਸਿੰਘ ਹੀ ਜਾ ਕੇ ਬੀਜੇਪੀ ਕੋਲੋਂ ਕਰਵਾ ਕੇ ਆਏ ਆ। ਇਹ ਪਹਿਲਾਂ ਵੀ ਜਿਹੜੀ ਰਾਜਨੀਤੀ ਕਰਦੇ ਰਹੇ, ਅਸੀਂ ਤਾਂ ਮੈਂ ਤਾਂ ਬਹੁਤ 2-2.5 ਸਾਲਾਂ ਦਾ ਕਹਿਣ ਡਿਆ ਆ ਵੀ ਇਹ ਕਾਂਗਰਸ ਦਾ ਚੀਫ ਮਿਨਿਸਟਰ ਨਹੀਂ ਹੈਗਾ, ਇਹ ਬੀਜੇਪੀ ਨਾਲ ਰਲਿਆ ਹੋਇਆ ਔਰ ਥੱਲੇ ਅਕਾਲੀ ਦਲ ਨਾਲ ਰਲੇ ਹੋਏ ਆ ਔਰ ਸਾਡੇ ਬੜੇ ਸੀਨੀਅਰ ਲੀਡਰ ਹੈ, ਪਰ ਇਹੋ ਜਿਹੀ ਗੱਲ ਕਰਨੀ ਨਹੀਂ ਚਾਹੀਦੀ ਕਿਉਂਕਿ ਜਿਹੜਾ ਸੂਰਜ ਚੜ੍ਹਦਾ ਉਹਨੇ ਡੁੱਬਣਾ ਜ਼ਰੂਰ ਆ, ਇਹਨੂੰ ਐਕਸੈਪਟ ਕਰ ਲੈਣਾ ਚਾਹੀਦਾ ਔਰ ਗ੍ਰੇਸਫੁਲੀ ਐਕਸੈਪਟ ਕਰ ਲੈਣਾ ਚਾਹੀਦਾ ਕਿ ਹਾਂ ਬਈ ਹੁਣ ਇੱਦਾਂ ਦੀਆਂ ਗੱਲਾਂ ਕਰਨ ਦੇ ਵਿੱਚ ਕੋਈ ਬਹੁਤੀ ਚੰਗੀ ਜਿਹੜੀ ਇਹਨਾਂ ਦੀ ਜਿਹੜਾ ਕਿਰਦਾਰ ਹੈ ਨਾ ਉਹਦੇ ਬਾਰੇ ਕੋਈ ਬਹੁਤੀ ਚੰਗੀ ਗੱਲ ਨਹੀਂ। ਅਤੇ ਕਿਵੇਂ ਦੇਖਿਆ ਜਾਂਦਾ 6 ਮਹੀਨਿਆਂ ਦੀ ਸਰਕਾਰ ਰਹਿ ਗਈ, ਬੇਸ਼ੱਕ 6 ਮਹੀਨੇ ਬਾਅਦ ਇਲੈਕਸ਼ਨ ਹੋਣ ਜਾ ਰਹੀ ਹੈ, ਪਰ ਕਿਤੇ ਨਾ ਕਿਤੇ ਜੋ ਅੰਦਰੂਨੀ ਕਲੇਸ਼ ਚੱਲ ਰਿਹਾ ਕਾਂਗਰਸ ਦੇ ਵਿੱਚ, ਕਿੱਦਾਂ ਲੋਕਾਂ ਦੇ ਮਸਲੇ ਹੱਲ ਹੋਣਗੇ? ਕੋਈ ਇਹੋ ਜਿਹੀ ਗੱਲ ਨਹੀਂ, ਬੇਸਿਕਲੀ ਅਸੀਂ ਕੰਮ ਕਰਾਂਗੇ ਔਰ ਇਹਨੂੰ ਤੁਸੀਂ ਕਲੇਸ਼ ਦੱਸਦੇ ਆ, ਮੈਂ ਇਹਨੂੰ ਇੰਟਰਨਲ ਡੈਮੋਕ੍ਰੇਸੀ ਕਹਿੰਦਾ ਜੀ, ਕਿਉਂਕਿ ਜੇ ਅਸੀਂ ਇੰਟਰਨਲ ਡੈਮੋਕ੍ਰੇਸੀ ਨਹੀਂ ਰੱਖਦੇ, ਜੇ ਅੱਜ ਤੱਕ ਅਸੀਂ ਨਾ ਲੜਦੇ ਹੁੰਦੇ ਇੰਟਰਨਲੀ, ਤਾਂ ਫਿਰ ਇਹ ਇਸ਼ੂ ਕਿਤੇ ਸੋਲਵ ਹੋ ਜਾਂਦੇ, ਫਿਰ ਤੁਸੀਂ ਦੂਸਰੇ ਪਾਸਿਓਂ ਕਹਿਣਾ ਸੀ ਵੀ ਹਾਂ ਵੀ ਤੁਸੀਂ ਆਹ ਨਹੀਂ ਕੀਤਾ ਆਹ ਨਹੀਂ ਕੀਤਾ। ਸੋ ਇਸ ਕਰਕੇ ਇਹ ਔਨਗੋਇੰਗ ਪ੍ਰੋਸੈਸ ਆ, ਇਹ ਪੋਲੀਟੀਕਲ ਪੈਰਾਮੀਟਰਸ ਦੀਆਂ ਕਰੈਕਸ਼ਨਸ ਹੈਗੀਆਂ ਜਿਹੜੀਆਂ ਸਾਨੂੰ ਸਾਰਿਆਂ ਨੂੰ ਕਰਨ ਦੀ ਜ਼ਰੂਰਤ ਹੈ। ਅਤੇ ਇੱਕ ਮੈਂ ਲਾਸਟ ਸਵਾਲ ਤੁਹਾਨੂੰ ਪੁੱਛਣਾ ਚਾਹਾਂਗਾ, ਕੈਪਟਨ ਅਮਰਿੰਦਰ ਸਿੰਘ ਦੀ ਭਵਿੱਖ ਦੀ ਰਾਜਨੀਤੀ 'ਚ ਕਹਿੰਦੇ ਨੇ ਕਿ ਮੈਂ ਭਾਜਪਾ 'ਚ ਨਹੀਂ ਜਾਊਂ, ਪਰ ਕਾਂਗਰਸ 'ਚ ਵੀ ਨਾ ਆਊਂ, ਪਰ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਭਾਜਪਾ 'ਚ ਸ਼ਾਮਲ ਹੋ ਸਕਦੇ? ਭਾਜਪਾ 'ਚ ਸ਼ਾਮਿਲ ਨਹੀਂ ਅੱਜ ਹੋਣਗੇ ਸਿਆਣੇ ਬਹੁਤ ਆ, ਉਹ ਆਪਣੀ ਨਵੀਂ ਪਾਰਟੀ ਬਣਾ ਕੇ ਪਿਛਲੇ ਪਾਸਿਓਂ ਭਾਜਪਾ ਦੀ ਸਪੋਰਟ ਲੈਣਗੇ, ਜਿਹੜੀ ਮੈਨੂੰ ਗੱਲ ਸਮਝ ਆਉਂਦੀ ਆ। ਪਰ ਉਹ ਇਹੋ ਜਿਹੀਆਂ ਗਲਤੀਆਂ ਨਾ ਕਰਨ, ਕਿਉਂਕਿ ਸਾਡੇ ਬਹੁਤ ਰਿਸਪੈਕਟੇਬਲ ਰਹੇ ਆ ਔਰ ਜਿਹੜੇ ਬੰਦੇ ਰਿਸਪੈਕਟੇਬਲ ਹੁੰਦੇ ਆ ਮੈਂ ਕਦੀ ਉਹਨਾਂ ਦੇ ਸ਼ਾਨ ਦੇ ਖਿਲਾਫ਼ ਕੋਈ ਬਹੁਤੀ ਗੱਲ ਕਰਦਾ ਨਹੀਂ। ਤੁਸੀਂ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਮੰਨ ਗਏ ਆ, ਪਰ ਤੁਹਾਨੂੰ ਲੱਗਦਾ ਕਿ ਸਿੱਧੂ 1-2 ਦਿਨ 'ਚ ਦੁਬਾਰਾ ਕਾਰਜਭਾਰ ਸੰਭਾਲ ਲੈਣਗੇ? ਹਾਂ ਬਿਲਕੁਲ ਬਿਲਕੁਲ, ਕਿਉਂਕਿ ਸਾਡੀ ਇੱਕ ਹਾਈ ਪਾਵਰ ਕਮੇਟੀ ਬਣ ਗਈ ਹੈਗੀ, ਉਹਦੇ ਵਿੱਚ ਸਾਰਾ ਕੁਝ ਸੌਰਟ ਆਊਟ ਹੋ ਜੀ। ਬਹੁਤ ਬਹੁਤ ਤਹਿ ਸਿੰਘ, ਸਿੱਖਿਆ ਅਤੇ ਖੇਡ ਮੰਤਰੀ ਪ੍ਰਗਟ ਸਿੰਘ, ਜਿਨ੍ਹਾਂ ਦਾ ਸਾਫ਼ ਤੌਰ 'ਤੇ ਕਹਿਣਾ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ 1-2 ਦਿਨਾਂ 'ਚ ਵਾਪਸੀ ਕਰ ਸਕਦੇ ਨੇ, ਆਪਣਾ ਅਸਤੀਫਾ ਵਾਪਸ ਲੈ ਸਕਦੇ ਨੇ, ਵੱਡੇ ਖੁਲਾਸੇ ਕਰਦੇ ਹੋਏ ਨਜ਼ਰ ਆਏ ਨੇ ਪ੍ਰਗਟ ਸਿੰਘ, ਜਿੱਥੇ ਭਵਿੱਖ ਦੀ ਰਾਜਨੀਤੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਭਵਿੱਖ ਦੀ ਰਾਜਨੀਤੀ 'ਤੇ ਗੱਲ ਕਰਦੇ ਹੋਏ ਨਜ਼ਰ ਆਏ, ਉੱਥੇ ਸਿੱਧੇ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਵੱਡੇ ਸਵਾਲ ਵੀ ਉਹਨਾਂ ਨੇ ਖੜੇ ਕਰ ਦਿੱਤੇ ਨੇ। ਸ਼ਾਗਰ ਤੋਂ ਅਰੁਣ ਚੋਪੜਾ ਦੀ ਰਿਪੋਰਟ, ਜਗਬਾਣੀ ਟੀਵੀ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।